ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, ਨੌਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰੈਮਰ ਐਂਡ ਕੰਪੋਜੀਸ਼ਨ, ਕੰਪੋਜੀਸ਼ਨ ਦਾ ਸੈਕਸ਼ਨ 2, ਰੀਡਿੰਗ ਸਕਿੱਲਸ, ਰੀਡਿੰਗ ਕੰਪ੍ਰੀਹੈਂਸ਼ਨ, ਪਾਰਟ ਏ, ਪ੍ਰੋਸ ਪੈਸੇਜਿਸ ਵਿੱਚ ਆਖਰੀ ਪੈਸੇਜ, ਪਾਰਟ ਈ, ਜਿਹੜਾ ਮਤਲਬ ਪੈਸੇਜ ਨੰਬਰ ਈ ਜਿਹੜਾ ਹੈ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਔਖੇ ਸ਼ਬਦਾਂ ਦੇ ਅਰਥ ਦੱਸੇ ਜਾਣਗੇ, ਉਹ ਨਾਲ ਦੇ ਨਾਲ ਪੰਜਾਬੀ ਵਿੱਚ ਲਿਖ ਲਵੋ ਅਤੇ ਬਾਅਦ ਚੋਂ ਅਰਥਾਂ ਨੂੰ ਅਤੇ ਉਹਦੇ ਸਪੈਲਿੰਗਸ ਨੂੰ ਬਿਨਾਂ ਦੇਖੇ ਲਿਖ ਕੇ ਉਹਨਾਂ ਦਾ ਅਭਿਆਸ ਤੁਸੀਂ ਜ਼ਰੂਰ ਕਰ ਲਓ। ਸੋ ਸ਼ੁਰੂ ਕਰੀਏ ਬੱਚੋ। ਇਸੀ ਚੈਨਲ ਨੂੰ ਜਦ ਤੁਸੀਂ ਖੋਲੋਗੇ ਤੇ ਪਲੇਲਿਸਟ ਤੇ ਜਾਓਗੇ, ਪਲੇਲਿਸਟ ਤੇ ਟੈਪ ਕਰੋਗੇ ਤੇ ਤੁਹਾਨੂੰ ਹੋਰ ਵੀ ਨੌਵੀਂ ਜਮਾਨ ਦੀਆਂ ਪਲੇਲਿਸਟਾਂ ਮਿਲਣਗੀਆਂ। ਇੱਕ ਹੈਗੀ 9th ਇੰਗਲਿਸ਼ MCV, ਇੱਕ ਹੈਗੀ 9th ਗ੍ਰੈਮਰ ਜੋ ਅਸੀਂ ਕਰਦੇ ਪਏ ਹਾਂ, ਤੇ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ, ਇੱਕ ਹੈਗੀ 9th ਸਾਇੰਸ, ਇੱਕ ਹੈਗੀ 9th ਮੈਥ ਨੋਟਸ, ਇੱਕ ਹੈਗੀ 9ਵੀਂ ਗਣਿਤ, ਇੱਕ ਹੈਗੀ 9th ਮੈਥ, 9ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ, 9th ਮੈਥ PSC ਵੀ ਹੈ ਇੰਗਲਿਸ਼ ਮੀਡੀਅਮ ਦੇ ਵਿੱਚ। ਫਿਰ ਇੱਕ ਹੈਗੀ ਹੈ ਬੱਚਾ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ, ਰਲਵਾਂ ਮੀਡੀਅਮ ਹੈ ਪੰਜਾਬੀ ਇੰਗਲਿਸ਼ ਦੋਨੋਂ। ਫਿਰ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ, ਇੱਕ ਹੈਗੀ ਹੈ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ, ਤੇ ਇੱਕ ਬੱਚੇ ਹੋਰ ਬੜੀ ਵਧੀਆ ਪਲੇਲਿਸਟ ਹੈ ਐਬਰੀਵੀਏਸ਼ਨਸ। ਇਹ 'ਚ ਅਲੱਗ ਅਲੱਗ ਵਿਸ਼ਿਆਂ ਦੀਆਂ, ਸਾਇੰਸ ਦੀ, ਟੈਕਨੀਕ ਦੀ, ਮਿਲਟਰੀ ਦੀ, ਐਜੂਕੇਸ਼ਨ ਦੀ, ਜਨਰਲ ਨੌਲੇਜ ਦੀਆਂ ਬਹੁਤ ਸਾਰੀਆਂ ਐਬਰੀਵੀਏਸ਼ਨਸ ਹੈਗੀਆਂ, ਉਹਨਾਂ ਨੂੰ ਜ਼ਰੂਰ ਦੇਖੋ। ਕੰਪੀਟੀਸ਼ਨ ਦੇ ਪੇਪਰਾਂ ਵਿੱਚ ਹੈ, ਤੁਹਾਡਾ ਬਹੁਤ ਮਦਦ ਕਰਨਗੀਆਂ ਚੀਜ਼ਾਂ। ਇੱਕ ਕਿਸਮ ਦਾ ਗਿਆਨ ਦਾ ਖਜ਼ਾਨਾ ਹੈਗਾ। ਸੋ ਦੇਖੀਏ ਬੱਚੇ, ਹੁਣ ਅਗਲਾ ਪੈਸੇਜ, ਰੀਡ ਦੀ ਪੈਸੇਜ ਐਂਡ ਆਨਸਰ ਦੀ ਕੁਐਸਚਨਸ। ਆਪ ਪੈਸੇਜ ਨੂੰ ਪੜ੍ਹੋ ਅਤੇ ਸਵਾਲਾਂ ਦੇ ਜਵਾਬ ਦਿਵੋ। ਬੱਚੋ, ਜਦੋਂ ਕੰਪਰੀਹੈਂਸ਼ਨ ਪੈਸੇਜ ਆਵੇ, ਅਨਸੀਨ ਪੈਸੇਜ ਆਵੇ, ਤੇ ਉਹਨੂੰ ਘੱਟ ਤੋਂ ਘੱਟ 2 ਵਾਰ, ਤੇ ਬੈਟਰ ਹੈਗਾ 3 ਵਾਰ ਤੁਸੀਂ ਹੌਲੀ ਹੌਲੀ ਪੜ੍ਹਨਾ ਹੈ ਦਿਮਾਗ 'ਚ ਰੱਖ ਕੇ, ਤੇ ਫਿਰ ਤੁਸੀਂ ਕੁਐਸਚਨਸ ਦੇ ਆਨਸਰ ਤੁਹਾਨੂੰ ਉਹਦੇ ਵਿੱਚੋਂ ਹੀ ਮਿਲ ਜਾਣਗੇ, ਠੀਕ ਹੈ? ਸੋ ਕਹਿੰਦੇ ਈਵਨ ਆਫਟਰ 3 ਡਿਕੇਡਸ, ਡਿਕੇਡ ਦਾ ਮਤਲਬ ਹੁੰਦਾ ਦਹਾਕਾ, 10 ਸਾਲਾਂ ਦਾ ਸਮੂਹ। ਕਹਿੰਦੇ ਈਵਨ ਆਫਟਰ 3 ਡਿਕੇਡਸ, ਭਾਵ 3 ਦਹਾਕਿਆਂ ਮਗਰੋਂ ਵੀ, ਭਾਵ 30 ਸਾਲਾਂ ਬਾਅਦ ਵੀ, ਦੀ ਮੈਮਰੀ, ਮੈਮਰੀ ਮੈਨੇ ਯਾਦ, ਆਫ ਦੈਟ, ਉਸ ਸਤੰਬਰ ਸਪਟੰਬਰ ਮਹੀਨਾ ਆਫਟਰਨੂਨ ਦੁਪਹਿਰ, ਇਜ਼ ਸਟਿਲ ਫਰੈਸ਼। ਉਹ ਕਹਿੰਦੇ ਉਹ ਗੱਲ ਹਾਲੇ ਵੀ ਤਾਜ਼ਾ ਹੈ, ਭਾਵ 3 ਦਹਾਕਿਆਂ ਬਾਅਦ, 30 ਸਾਲਾਂ ਬਾਅਦ, ਉਸ ਸਤੰਬਰ ਦੁਪਹਿਰ ਦੀ ਵਾਪਰੀ ਹੋਈ ਗੱਲ ਯਾਦ, ਜਿਹੜੀ ਹੈ ਮੈਮਰੀ ਹੈ, ਸਟਿਲ ਫਰੈਸ਼, ਹਾਲੇ ਵੀ ਤਾਜ਼ਾ ਹੈ। ਇੱਦਾਂ ਲੱਗਦਾ ਜਿਹਦੇ ਹੁਣੀ ਹੁਣੀ ਹੋਈ ਹੈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਹ ਕਹਿ ਰਿਹਾ, ਲਿਖਾਰੀ ਕਹਿ ਰਿਹਾ। ਇਟ ਸਟਾਰਟਿਡ ਐਂਡ ਐਂਡਿਡ ਇਨ ਅ ਫਿਊ ਸੈਕਿੰਡਸ, ਇਨ ਫਿਊ ਸੈਕਿੰਡਸ, ਬਿਲਕੁਲ ਕੁਝ ਸਕਿੰਟਾਂ ਵਿੱਚ ਹੀ ਕਹਾਣੀ ਸ਼ੁਰੂ ਹੋਈ ਤੇ ਮੁੱਕ ਗਈ। ਭਾਵ ਜਿਹੜਾ ਭਾਣਾ ਵਾਪਰਿਆ, ਜੋ ਕੁਛ ਹੋਇਆ, ਕੁਝ ਸਕਿੰਟਾਂ ਸ਼ੁਰੂ ਹੋਇਆ ਤੇ ਨਾਲ ਦੇ ਨਾਲ ਬਸ ਸਕਿੰਟਾਂ ਵਿੱਚ ਹੀ ਮੁੱਕ ਗਿਆ। ਬਟ ਪਰ ਦੀ ਡਿਸਅਪੁਆਇੰਟਮੈਂਟ, ਪਰ ਜਿਹੜੀ ਨਿਰਾਸ਼ਾ ਪੱਲੇ ਪਈ ਇਹਦੇ ਰਾਹੀਂ, ਕਿ ਜੋ ਹੋਣਾ ਸੀ ਉਹ ਨਾ ਹੋਇਆ, ਜਿਹਦੀ ਗਲਤੀ ਆਸ ਸੀ ਉਹਦੇ ਉਲਟ ਹੋਇਆ, ਉਹਨੂੰ ਕਹਿੰਦੇ ਡਿਸਅਪੁਆਇੰਟਮੈਂਟ। ਹੌਂਟਸ ਮੀ ਟਿਲ ਦਾ ਡੇ, ਹੌਂਟ ਹੁੰਦਾ ਬੱਚੇ ਪਰੇਸ਼ਾਨ ਕਰਨਾ, ਕੋਈ ਗੱਲ ਦਿਮਾਗ 'ਚ ਆ ਆ ਕੇ ਤੁਹਾਡੇ ਦਿਮਾਗ 'ਚੋਂ ਨਿਕਲੇ ਨਾ, ਉਹਨੂੰ ਕਹਿੰਦੇ ਹੌਂਟ ਕਰਨਾ, ਤੁਹਾਨੂੰ ਪਰੇਸ਼ਾਨ ਕਰਨੇ। ਟਿਲ ਦਾ ਡੇ, ਅੱਜ ਵੀ ਉਹ ਚੀਜ਼ ਮੈਨੂੰ ਮੁੜ ਮੁੜ ਕੇ ਚੇਤੇ ਆਉਂਦੀ ਹੈ ਅਤੇ ਪਰੇਸ਼ਾਨ ਕਰਦੀ ਹੈ, ਉਹ ਜਿਹੜੀ ਡਿਸਅਪੁਆਇੰਟ ਨਿਰਾਸ਼ਾ ਸੀ। ਦੀ ਟੋਇਲ, ਟੋਇਲ ਹੁੰਦੀ ਬੱਚੇ ਮੁਸ਼ਕਤ, ਘਾਲ ਕਮਾਈ। ਦੀ ਟੈਂਸ਼ਨ, ਉਹ ਤਣਾਅ। ਦੀ ਟੋਰਮੈਂਟ, ਉਹ ਤਸੀਹਾ, ਉਹ ਤਸ਼ੱਦਦ। ਆਈ ਹੈਵ ਲਿਵਡ ਵਿਦ ਦੈਮ ਆਲ, ਆਈ ਹੈਵ ਲਿਵਡ ਵਿਦ ਦੈਮ, ਮਤਲਬ ਮੈਂ ਇਹ ਸਾਰੇ ਸਾਰੇ ਵਿੱਚੋਂ ਜੀਆ ਹਾਂ, ਭਾਵ ਇਹਨੂੰ ਝੱਲਿਆ ਹੈ, ਭਾਵ ਉਸ ਮੁਸ਼ਕਤ ਨੂੰ, ਉਸ ਤਣਾਅ ਨੂੰ, ਉਸ ਤਸੀਹੇ ਨੂੰ ਮੈਂ ਸਾਰਾ ਝੱਲਿਆ ਹੈ। ਆਈ ਹੈਵ ਲਿਵਡ ਵਿਦ ਦੈਮ ਆਲ, ਇਹ ਸਾਰਿਆਂ ਨਾਲ ਮੈਂ ਜ਼ਿੰਦਗੀ ਗੁਜ਼ਾਰੀ ਹੈ, ਟੋਇਲ ਦੇ ਨਾਲ ਵੀ, ਟੈਂਸ਼ਨ ਨਾਲ ਵੀ, ਟੋਰਮੈਂਟ ਨਾਲ ਵੀ। ਟੁਡੇ ਵੈਨ ਆਈ ਰਿਕਾਲ ਦੋਸ, ਰਿਕਾਲ ਹੁੰਦਾ ਬੱਚੋ ਚੇਤੇ ਕਰਨਾ, ਮੁੜ ਕੇ ਦਿਮਾਗ 'ਚ ਲਿਆਉਣਾ। ਅੱਜ ਜਦੋਂ ਮੈਂ ਰਿਕਾਲ ਦੋਜ ਮੂਮੈਂਟਸ, ਉਹਨਾਂ ਘੜੀਆਂ ਨੂੰ ਚੇਤੇ ਕਰਦਾ ਹਾਂ, ਮਾਈ ਹਾਰਟ ਬਲੀਡਸ, ਬਲੀਡ ਹੁੰਦਾ ਬੱਚੋ ਖੂਨ ਵਗਣਾ, ਮੇਰਾ ਦਿਲ ਰੋਂਦਾ ਹੈ, ਭਾਵ ਮੇਰਾ ਦਿਲ ਵਲੂੰਦਰਿਆ ਜਾਂਦਾ ਹੈ।
ਇਜ਼ਨਟ ਇਟ ਆਇਰੋਨੀਕਲ, ਆਇਰੋਨੀਕਲ ਵੀ ਵਿਅੰਗ ਵਾਲੀ ਗੱਲ ਹੋਵੇ, ਵਿਅੰਗਮਈ। ਕਹਿੰਦੇ ਇਹ ਕੋਈ ਕੀ ਹੈ, ਵਿਅੰਗਮਈ ਗੱਲ ਨਹੀਂ ਹੈਗੀ। ਦੈਟ ਦੀ ਬੈਸਟ ਚੈਪਟਰ ਆਫ ਵਨਸ ਲਾਈਫ ਸ਼ੁੱਡ ਐਂਡ ਇਨ ਪੇ ਹੋ ਪੇਨ ਫੋਰ ਮੀ, ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਜਿਹੜਾ ਹੈ ਉਹ ਪੇਨ ਦੇ ਵਿੱਚ, ਦਰਦ ਦੇ ਵਿੱਚ ਮੁੱਕੇ। ਸ਼ੁਰੂਆਤ ਤੇ ਬੜੀ ਵਧੀਆ ਹੋਈ ਕਿ ਮੈਂ ਓਲੰਪਿਕ ਵਿੱਚ ਗਿਆ, ਹੈ ਨਾ, ਓਲੰਪਿਕ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ, ਮਿਲਖਾ ਸਿੰਘ ਦੀ ਗੱਲ ਹੈਗੀ ਹੈ, ਮਿਲਖਾ ਸਿੰਘ ਕਹਿ ਰਿਹਾ। ਕਹਿੰਦੇ ਕਿ ਇਹ ਇੱਕ ਵਿਅੰਗਪੂਰਨ ਗੱਲ ਨਹੀਂ ਹੈਗੀ ਕਿ ਮੇਰਾ ਅਧਿਆਇ ਤੇ ਬੜਾ ਚੰਗਾ ਸ਼ੁਰੂ ਹੋਇਆ ਹੋਵੇ, ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਹੋਵੇ, ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਵਧੀਆ ਪੜਾਅ ਹੋਵੇ ਤੇ ਉਹਦਾ ਅੰਤ ਜਿਹੜਾ ਹੈ ਉਹ ਦਰਦ ਦੇ ਵਿੱਚ ਹੋਵੇ। ਦੀ ਪੇਨ ਇਜ਼ ਮੋਰ ਦੈਨ ਵਰਡਸ ਕੈਨ ਐਵਰ ਡਿਸਕ੍ਰਾਈਬ, ਉਹ ਦਰਦ ਸ਼ਬਦਾਂ ਦੇ ਬਿਆਨ ਤੋਂ ਪਰੇ ਹੈ। ਭਾਵ ਉਹ ਦਰਦ ਜਿਹੜੇ ਜਿਹੜੇ ਸ਼ਬਦ ਉਸ ਦਰਦ ਦਾ ਬਿਆਨ ਕਰ ਸਕਦੇ ਨੇ, ਉਹ ਦਰਦ ਉਸ ਸ਼ਬਦਾਂ ਦੇ ਬਿਆਨ ਤੋਂ ਕਿਤੇ ਜ਼ਿਆਦਾ ਹੈ। ਅੱਗੇ ਕਹਿੰਦੇ ਮਿਸਿੰਗ ਐਨ ਓਲੰਪਿਕ ਮੈਡਲ ਬਾਏ ਅ ਵਿਸਕਰ, ਵਿਸਕਰ ਹੁੰਦਾ ਵਿੱਚ ਵਾਲ, ਭਾਵ ਕਹਿੰਦੇ ਬਾਲ ਬਾਲ ਬਚ ਗਏ, ਕਿਉਂਕਿ ਇਹ ਮਿਲਖਾ ਸਿੰਘ ਦਾ ਮੈਡਲ ਕਿੰਨੇ ਸਮੇਂ ਤੋਂ ਰਹਿ ਗਿਆ ਸੀ ਬੱਚੋ, ਸਕਿੰਟ ਦੇ 100ਵੇਂ ਹਿੱਸੇ ਤੋਂ, ਇੱਕ ਸਕਿੰਟ ਦੇ 100ਵੇਂ ਹਿੱਸੇ ਤੋਂ ਉਹ ਪਿੱਛੇ ਰਹਿ ਗਿਆ ਸੀਗਾ। ਬਾਈ ਵਿਸਕਰ ਹੁੰਦਾ ਵਾਲ ਦੀ ਮੋਟਾਈ ਕਿੰਨੀ ਹੁੰਦੀ ਬੱਚੋ, ਕਹਿੰਦੇ ਬਾਲ ਬਾਲ ਬਚਿਆ, ਬਾਲ ਬਾਲ ਬਚਿਆ ਮਤਲਬ ਕਿ ਟੱਕਰ ਹੁੰਦੀ ਹੁੰਦੀ ਸਿਰਫ ਬਾਲ ਜਿੰਨਾ ਹੀ ਥੋੜਾ ਡਿਸਟੈਂਸ ਰਹਿ ਗਿਆ, ਭਾਵ ਓਲੰਪਿਕ ਮੈਡਲ ਹੱਥ ਆਉਂਦਾ ਆਉਂਦਾ ਰਹਿ ਗਿਆ। ਮਿਸਿੰਗ ਐਨ ਓਲੰਪਿਕ ਮੈਡਲ ਬਾਏ ਅ ਵਿਸਕਰ, ਵਿਸਕਰ ਹੁੰਦਾ ਬੱਚੋ ਇਹਦਾ ਅਖਰੀ ਅਰਥ ਹੈਗਾ ਵਾਲ, ਭਾਵ ਜਦੋਂ ਮਿਸਿੰਗ ਬਾਏ ਵਿਸਕਰ ਮੀਨਸ ਵੀ ਚੀਜ਼ ਹੱਥ ਆਉਂਦੇ ਆਉਂਦੇ ਰਹਿ ਗਈ। ਮਿਸਡ ਮਿਸਿੰਗ ਐਨ ਓਲੰਪਿਕ ਮੈਡਲ ਬਾਏ ਵਿਸਕਰ ਕੌਜ਼ਡ ਮੀ ਮੋਰ ਡਿਸਅਪੋਇੰਟਮੈਂਟ ਦੈਨ ਦੀ ਹੈਪੀਨੈਸ, ਵਿਚ ਆਈ ਐਕਸਪੀਰੀਅੰਸਡ ਆਫਟਰ ਵਿਨਿੰਗ ਦੀ ਮੈਡਲਸ ਇਨ ਦਾ ਏਸ਼ੀਅਨ ਗੇਮਸ ਐਂਡ ਫਰੋਮ ਮਾਈ ਵਿਨਿੰਗ ਸੀਕੁਐਂਸ ਆਲ ਓਵਰ ਦਾ ਯੂਰਪ। ਕਹਿੰਦਾ ਜਿਹੜੇ ਵੀ ਮੈਂ ਮੈਡਲ ਏਸ਼ੀਅਨ ਗੇਮ ਵਿੱਚ ਜਿੱਤੇ ਸੀਗੇ ਤੇ ਯੂਰਪ ਦੇ ਵਿੱਚ ਜਿਹੜਾ ਮੈਂ ਵਿਨਿੰਗ ਸੀਕੁਐਂਸ ਮੈਂ ਜਿੱਤਾਂ ਦੀਆਂ ਝੜੀਆਂ ਲਾਤੀਆਂ ਸੀਗੀਆਂ, ਜਿੱਤਾਂ ਦੀਆਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਦੂਜੀ ਤੀਜੀ ਚੌਥੀ ਜਿੱਤਾਂ ਮੈਂ ਹਾਸਲ ਕੀਤੀਆਂ ਯੂਰਪ ਦੇ ਵਿੱਚ, ਤੇ ਏਸ਼ੀਅਨ ਗੇਮ ਦੇ ਵਿੱਚ ਜਿਹੜੀਆਂ ਮੈਡਲ ਜਿੱਤੇ, ਇੰਨੇ ਤਗਮੇ ਜਿੱਤੇ, ਕਹਿੰਦੇ ਉਹਦੀ ਜਿਹੜੀ ਖੁਸ਼ੀ ਸੀਗੀ ਜਿੰਨੀ ਹੋਈ ਸਾਰੀ, ਉਹ ਤੋਂ ਕਿਤੇ ਜ਼ਿਆਦਾ ਨਿਰਾਸ਼ਾ ਮੈਨੂੰ ਜਿਹੜੀ ਸੀਗੀ ਉਹ ਓਲੰਪਿਕ ਮੈਡਲ ਗਵਾਉਣ ਦੀ ਹੋਈ ਸੀ। ਉਹ ਕਿੰਨੀ ਵਧੀਆ ਗੱਲ ਕਹੀ ਉਹਨੇ, ਕਹਿੰਦੇ ਜਿੰਨੀ ਖੁਸ਼ੀ ਮੈਨੂੰ ਏਸ਼ੀਅਨ ਖੇਡਾਂ ਦੇ ਮੈਡਲ ਜਿੱਤਣ ਦੀ, ਯੂਰਪ ਦੀਆਂ ਰੇਸਾਂ ਜਿੱਤਣ ਦੀ ਹੋਈ, ਉਹ ਤੋਂ ਵੱਧ ਨਿਰਾਸ਼ਾ ਮੈਨੂੰ ਓਲੰਪਿਕ ਮੈਡਲ ਬਾਇਆ ਵਿਸਕਰ, ਜਿੱਤਦੇ ਜਿੱਤਦੇ ਹੱਥੋਂ ਨਿਕਲ ਗਿਆ ਉਹਦੀ ਨਿਰਾਸ਼ਾ, ਉਹ ਵੱਡੀ ਸੀ। ਕਹਿੰਦੇ ਲੁਕਿੰਗ ਬੈਕ ਆਈ ਵੁੱਡ ਸੇ ਇਟ ਵਾਜ਼ ਅ ਮੈਟਰ ਆਫ ਲੱਕ, ਮੈਟਰ ਲੱਗ ਮੈਨੇ ਵੀ ਕਿਸਮਤ ਦੀ ਖੇਡ ਸੀਗੀ। ਲੁਕਿੰਗ ਬੈਕ ਹੁਣ ਜਦੋਂ ਮੈਂ ਪਿਛਾਂਹ ਨੂੰ ਜਾਂਦਾ ਮੈਂ ਉਹ ਯਾਦ ਕਰਦਾ ਉਹਲੇ ਦਿਨ, ਤੇ ਮੈਨੂੰ ਇਵੇਂ ਜਾਪਦਾ ਕਿ ਇਹ ਤੇ ਸਾਰਾ ਉਸ ਕਿਸਮਤ ਦੀ ਖੇਡ ਸੀ, ਮੈਟਰ ਆਫ ਲੱਕ। ਆਈ ਐਮ ਸ਼ੋਰ ਰੋਨ ਕਲਾਰਕ ਵੁੱਡ ਐਗਰੀ ਵਿਦ ਮੀ, ਕਹਿੰਦੇ ਮੈਨੂੰ ਯਕੀਨ ਹੈ ਕਿ ਰੋਨ ਕਲਾਰਕ ਇੱਕ ਹੋਰ ਖਿਡਾਰੀ ਸੀਗਾ, ਅਥਲੀਟ ਸੀਗਾ, ਮੇਰੇ ਨਾਲ ਸਹਿਮਤ ਹੋਏਗਾ। ਹੁਣ ਉਹਨੇ ਰੋਨ ਕਲਾਰਕ ਦਾ ਜ਼ਿਕਰ ਕਿਉਂ ਕੀਤਾ ਮਿਲਖਾ ਸਿੰਘ ਨੇ, ਕਹਿੰਦੇ ਦੀ ਗ੍ਰੇਟ ਮਿਡਲ ਡਿਸਟੈਂਸ ਰਨਰ, ਰੋਨ ਕਲਾਰਕ ਵੀ ਬੱਚਿਓ ਮਿਡਲ ਡਿਸਟੈਂਸ, ਇੱਕ ਤਾਂ ਮੈਰਾਥਨ ਹੁੰਦੇ ਨੇ, ਇੱਕ ਸ਼ਾਰਟ ਰੇਸ ਵਾਲੇ ਹੁੰਦੇ ਨੇ, ਮਿਡਲ ਡਿਸਟੈਂਸ ਦੌੜਾਕ ਸੀਗਾ, ਰਨਰ ਸੀਗਾ, ਸੈਟ 17 ਵਰਲਡ ਰਿਕਾਰਡਸ, ਇਹਨੇ 17 ਦੁਨੀਆ ਦੇ ਰਿਕਾਰਡ ਕਾਇਮ ਕੀਤੇ, ਬਟ ਕੁਡ ਨਾਟ ਵਿਨ ਐਨ ਓਲੰਪਿਕ ਗੋਲਡ, ਪਰ ਓਲੰਪਿਕ ਦਾ ਗੋਲਡ ਮੈਡਲ ਹੈ ਨਹੀਂ ਜਿੱਤ ਸਕਿਆ। ਰੋਨ ਕਲਾਰਕ 17 ਦੁਨੀਆ ਦੇ ਰਿਕਾਰਡ ਬਣਾਏ ਪਰ ਓਲੰਪਿਕ ਗੋਲਡ ਨਹੀਂ ਜਿੱਤ ਸਕਿਆ। ਈਵਨ ਟੂ ਦਿਸ ਡੇ, ਅੱਜ ਦੇ ਦਿਨ ਵੀ ਆਈ ਰਿਗਰੈਟ, ਰਿਗਰੈਟ ਮੈਨੇ ਪਛਤਾਵਾ, ਨਾਟ ਹੈਵਿੰਗ ਐਂਟਰਡ ਦੀ 200 ਮੀਟਰ ਰੇਸ, ਕਹਿੰਦੇ 200 ਮੀਟਰ ਦੀ ਰੇਸ ਵਿੱਚ ਪ੍ਰਵੇਸ਼ ਨਾ ਕਰਨ ਦਾ ਮੈਨੂੰ ਅੱਜ ਵੀ ਪਛਤਾਵਾ ਹੈ। ਵੇਅਰ ਆਈ ਕੁਡ ਹੈਵ ਫਿਗਰਡ ਅਮੰਗ ਦੀ ਮੈਡਲ ਵਿਨਰਸ, ਜਿੱਥੇ ਮੈਂ ਜਿਵੇਂ ਪ੍ਰਵੇਸ਼ ਕਰ ਜਾਂਦਾ 200 ਮੀਟਰ ਦੀ ਰੇਸ ਵਿੱਚ, ਤੇ ਮੈਨੂੰ ਮੈਂ ਮੈਡਲ ਦੇ ਜੇਤੂਆਂ ਦੇ ਵਿੱਚ ਮੇਰਾ
ਫਿਗਰ ਮਤਲਬ ਮੈਂ ਨਾ ਆਉਣਾ ਸੀ, ਆਈ ਕੁਡ ਹੈਵ ਫਿਗਰਡ, ਮੈਂ ਉਹਨਾਂ ਦੇ ਵਿੱਚ ਖੜਾ ਹੋਣਾ ਸੀ। ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ, ਇਹਦੇ ਵਿੱਚ ਕੋਈ ਸ਼ੱਕ ਨਹੀਂ ਥੇ, ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ, ਮਤਲਬ ਦੇਰ ਇਜ਼ ਨੋ ਡਾਊਟ ਅਬਾਊਟ ਇਟ, ਮਤਲਬ ਕਿ ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਮੈਂ ਜਿਵੇਂ 200 ਮੀਟਰ ਦੀ ਰੇਸ ਵਿੱਚ ਪ੍ਰਵੇਸ਼ ਕੀਤਾ ਹੁੰਦਾ ਤੇ ਮੈਂ ਮੈਡਲ ਜੇਤੂਆਂ ਦੇ ਵਿੱਚ ਖੜਾ ਹੋਣਾ ਸੀ। ਆਈ ਰਿਗਰੈਟ ਨਾਟ ਹੈਵਿੰਗ ਐਂਟਰਡ, ਮੈਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਮੈਂ 200 ਮੀਟਰ ਦੀ ਰੇਸ ਵਿੱਚ ਹਿੱਸਾ ਕਿਉਂ ਨਹੀਂ ਲਿਆ। ਸੋ ਇਹ ਬੱਚਿਓ ਸਾਡਾ ਲੈਸਨ, ਆਪਣਾ ਪੈਰਾਗ੍ਰਾਫ ਦੀ ਰੀਡਿੰਗ ਤੇ ਅਰਥ ਅਸੀਂ ਕਰ ਲਏ, ਹੁਣ ਕਰਦੇ ਹਾਂ ਕੁਐਸਚਨ ਆਨਸਰਸ। ਸੋ ਪਹਿਲਾ ਕੁਐਸਚਨ, ਵਟ ਡਿਸਅਪੁਆਇੰਟਮੈਂਟ ਡਸ ਮਿਲਖਾ ਸਿੰਘ ਟਾਕ ਅਬਾਊਟ, ਉਹ ਕਿਹੜੀ ਡਿਸਅਪੁਆਇੰਟਮੈਂਟ ਹੈਗੀ ਹੈ, ਕਿਹੜੀ ਗੱਲ ਜਿਹੜੀ ਹੈ ਆਸ ਦੇ ਉਲਟ ਹੋਈ ਜਿਹਦੇ ਬਾਰੇ ਮਿਲਖਾ ਸਿੰਘ ਗੱਲ ਕਰਦਾ ਹੈ। ਸੋ ਮਿਲਖਾ ਸਿੰਘ ਟਾਕਸ ਅਬਾਊਟ ਦੀ ਡਿਸਅਪੁਆਇੰਟਮੈਂਟ ਆਫ ਮਿਸਿੰਗ ਐਨ ਓਲੰਪਿਕ ਮੈਡਲ ਬਾਈ ਆ ਵਿਸਕਰ, ਭਾਵ ਗੋਲਡ ਮੈਡਲ ਜਿਹੜਾ ਹੈ ਉਹ ਹੱਥ ਆਉਂਦੇ ਆਉਂਦੇ ਰਹਿ ਗਿਆ, ਉਹਦੀ ਨਿਰਾਸ਼ਾ ਦੀ ਗੱਲ ਕਰਦਾ ਹੈ। ਵਾਈ ਡਜ਼ ਇਜ਼ ਹਾਰਟ ਬਲੀਡ, ਉਹਦਾ ਹੱਥ, ਉਹਦਾ ਜਿਹੜਾ ਦਿਲ ਹੈਗਾ ਉਹ ਖੂਨ, ਮਤਲਬ ਉਹ ਕਿਉਂ ਦੁਖੀ ਹੁੰਦਾ ਹੈ, ਉਹ ਕਿਉਂ ਰੋਂਦਾ ਹੈ। ਹਿਜ਼ ਹਾਰਟ ਬਲੀਡਸ ਬਿਕੋਜ਼ ਦੀ ਡਿਸਅਪੁਆਇੰਟਮੈਂਟ ਆਫ ਮਿਸਿੰਗ ਐਨ ਓਲੰਪਿਕ ਮੈਡਲ ਬਾਈ ਆ ਵਿਸਕਰ ਸਟਿਲ ਹੌਂਟਸ ਹਿਮ, ਉਹਦਾ ਹਾਰਟ, ਉਹਦਾ ਦਿਲ ਇਸ ਕਰਕੇ ਰੋਂਦਾ ਹੈ, ਇਸ ਕਰਕੇ ਖੂਨ ਦੇ ਹੰਝੂ ਰੋਂਦਾ ਹੈ, ਕਿਉਂਕਿ ਜਿਹੜਾ ਇਹ ਉਹ ਨਿਰਾਸ਼ਾ ਸੀਗੀ ਓਲੰਪਿਕ ਮੈਡਲ ਗੁਆਉਣ ਦੀ, ਉਹ ਚੀਜ਼ ਨੂੰ ਅੱਜ ਵੀ ਪਰੇਸ਼ਾਨ ਕਰਦੀ ਹੈ, ਉਹਨੂੰ ਤੰਗ ਕਰਦੀ ਹੈ। ਫਿਰ ਵਾਈ ਡਜ਼ ਮਿਲਖਾ ਸਿੰਘ ਮੈਂਸ਼ਨ ਰੌਨ ਕਲਾਰਕ, ਮਿਲਖਾ ਸਿੰਘ ਰੌਨ ਕਲਾਰਕ ਦਾ ਜ਼ਿਕਰ ਕਿਉਂ ਕਰਦਾ ਹੈ, ਮੈਂਸ਼ਨ ਦਾ ਜ਼ਿਕਰ ਕਰਨਾ। ਮਿਲਖਾ ਸਿੰਘ ਮੈਂਸ਼ਨਸ, ਹੁਣ ਇੱਥੇ ਡਜ਼ ਹੈਗਾ ਨਾ ਬੱਚਿਓ, ਤੇ ਇਸ ਕਰਕੇ ਮੈਂਸ਼ਨ ਦਾ ਬਣ ਜਾਏਗਾ ਮੈਂਸ਼ਨਸ, ਪ੍ਰੈਜੈਂਟ ਟੈਂਸ ਵਿੱਚ ਜਵਾਬ ਦੇਣਾ ਹੈ। ਮਿਲਖਾ ਸਿੰਘ ਮੈਂਸ਼ਨਸ, ਇੱਥੇ ਬੱਚਿਓ ਆਈ ਡਬਲ ਆ ਗਿਆ, ਕੱਟ ਲਿਓ, ਟਾਈਪਿੰਗ ਮਿਸਟੇਕ ਹੋ ਗਈ ਹੈ। ਠੀਕ ਹੈ, ਆਈ ਡਬਲ ਆ ਗਿਆ। ਸੋ ਮਿਲਖਾ ਸਿੰਘ ਮੈਂਸ਼ਨਸ ਰੌਨ ਕਲਾਰਕ ਬਿਕੋਜ਼ ਲਾਈਕ ਮਿਲਖਾ ਸਿੰਘ, ਮਿਲਖਾ ਸਿੰਘ ਕਿਉਂਕਿ ਰੌਨ ਕਲਾਰਕ ਮਿਲਖਾ ਸਿੰਘ ਵਾਂਗ, ਰੌਨ ਕਲਾਰਕ ਆਲਸੋ ਕੁਡ ਨਾਟ ਵਿਨ ਐਨ ਓਲੰਪਿਕ ਮੈਡਲ, ਰੌਨ ਕਲਾਰਕ ਵੀ ਓਲੰਪਿਕ ਦਾ ਮੈਡਲ ਨਹੀਂ ਜਿੱਤ ਸਕਿਆ, ਈਵਨ ਦੋ ਹੀ ਹੈਡ ਸੈਟ 17 ਵਰਲਡ ਰਿਕਾਰਡਸ, ਭਾਵੇਂ ਕਿ ਉਹਨੇ 17 ਦੁਨੀਆ ਦੇ ਰਿਕਾਰਡ ਬਣਾ ਦਿੱਤੇ ਸੀਗੇ ਪਰ ਓਲੰਪਿਕ ਮੈਡਲ ਨਹੀਂ ਜਿੱਤ ਸਕਿਆ। ਮਿਲਖਾ ਸਿੰਘ ਨੇ ਵੀ ਏਸ਼ੀਅਨ ਮੈਡਲ ਜਿੱਤੇ, ਯੂਰੋਪੀਅਨ ਦੀਆਂ ਬੜੀ ਰੇਸਾਂ ਜਿੱਤੀਆਂ, ਰਿਕਾਰਡ ਬਣਾਏ ਪਰ ਉਹ ਓਲੰਪਿਕ ਮੈਡਲ ਨਹੀਂ ਜਿੱਤ ਸਕਿਆ। ਫਿਰ ਕਹਿੰਦੇ ਰਾਈਟ ਦੀ ਵਰਡਸ ਇਨ ਦੀ ਬ੍ਰੈਕਿਟਸ ਵਿੱਚ ਇਨ ਦੀ ਪੈਸੇਜ ਮੀਨ, ਪਹਿਲਾਂ ਥੋਟਸ ਕੀਪ, ਥੋਟ ਕੀਪਸ ਕਮਿੰਗ ਅਗੇਨ ਐਂਡ ਅਗੇਨ, ਕੋਈ ਸੋਚ ਬਾਰ ਬਾਰ ਦਿਮਾਗ ਚ ਆਈ ਜਾਵੇ, ਉਹਨੂੰ ਕਹਿੰਦੇ ਹੌਂਟਸ। ਡਿਫਰੈਂਟ ਫਰੋਮ ਵਟ ਯੂ ਐਕਸਪੈਕਟ, ਜਿਸ ਗੱਲ ਦੀ ਆਸ ਸੀਗੀ ਉਹ ਤੋਂ ਕੁਛ ਵੱਖਰਾ ਹੋਵੇ, ਤੈਨੂੰ ਕਹਿੰਦੇ ਡਿਸਅਪੁਆਇੰਟਮੈਂਟ। ਠੀਕ ਹੈ, ਅ ਨੈਰੋ ਮਾਰਜਿਨ, ਬਹੁਤ ਬਰੀਕ, ਬਹੁਤ ਥੋੜ੍ਹਾ ਫਰਕ ਰਹਿ ਜਾਏ, ਤੈਨੂੰ ਕਹਿੰਦੇ ਵਿਸਕਰ। ਠੀਕ ਹੈ, ਅੱਗੇ ਚਲੀਏ। ਹੁਣ ਬੱਚੋ ਆਖਰੀ ਕੁਐਸਚਨ, ਵਿਚ ਵਰਡਸ ਡਿਸਕ੍ਰਾਈਬ ਮਿਲਖਾ ਸਿੰਘ ਫੀਲਿੰਗਸ ਬੈਸਟ, ਕਿਹੜੇ ਸ਼ਬਦ ਮਿਲਖਾ ਸਿੰਘ ਦੇ ਭਾਵਾਂ ਨੂੰ ਸਭ ਤੋਂ ਵਧੀਆ ਵੇਰਵਾ ਦਰਸਾਉਂਦੇ ਹਨ ਤੇ ਫਿਰ ਵਾਏ ਕਿਉਂ। ਸੋ ਇੱਥੇ ਇਹਨਾਂ ਨੇ ਕਿਹਾ ਪੇਨ, ਐਂਗਰ, ਡਿਸਅਪੁਆਇੰਟਮੈਂਟ, ਉਹਨੇ ਬੱਚੋ ਪੇਨ ਤੇ ਡਿਸਅਪੁਆਇੰਟਮੈਂਟ ਦੀ ਗੱਲ ਕੀਤੀ ਹੈ, ਐਂਗਰ ਦੀ, ਗੁੱਸੇ ਦੀ ਗੱਲ ਕੋਈ ਕੀਤੀ ਨਹੀਂ ਹੈਗੀ। ਸੋ ਪੇਨ ਐਂਡ ਡਿਸਅਪੁਆਇੰਟਮੈਂਟ ਡਿਸਕ੍ਰਾਈਬ ਮਿਲਖਾ ਸਿੰਘ ਫੀਲਿੰਗਸ ਬੈਸਟ, ਦਰਦ ਅਤੇ ਨਿਰਾਸ਼ਾ ਮਿਲਖਾ ਸਿੰਘ ਦੇ ਭਾਵਾਂ ਨੂੰ ਸਭ ਤੋਂ ਵਧੀਆ ਦਰਸਾਉਂਦੇ ਹਨ, ਬਿਕੋਜ਼ ਹੀ ਵਨ ਮੈਨੀ ਮੈਡਲਸ ਇਨ ਏਸ਼ੀਅਨ ਗੇਮਸ ਐਂਡ ਰਿਕਾਰਡਿਡ ਵਿਨਿੰਗ ਸੀਕੁਐਂਸਿਸ ਆਲ ਓਵਰ ਯੂਰਪ, ਉਹਨੇ ਏਸ਼ੀਅਨ ਖੇਡਾਂ ਵਿੱਚ ਬੜੇ ਮੈਡਲ ਜਿੱਤੇ ਅਤੇ ਪੂਰੇ ਯੂਰਪ ਦੇ ਵਿੱਚ ਉਹਨੇ ਉਹਦੀ ਜਿੱਤਾਂ ਦੀਆਂ ਲੜੀਆਂ ਦੇ ਰਿਕਾਰਡ ਬਣਾਏ, ਬਟ ਪਰ ਹੀ ਮਿਸਡ ਐਨ ਓਲੰਪਿਕ ਮੈਡਲ ਬਾਏ ਆ ਵਿਸਕਰ, ਪਰ ਉਹਨੇ ਮਤਲਬ ਕਿ
ਇੱਕ ਸਕਿੰਟ ਦੇ ਸੋਵੇਂ ਹਿੱਸੇ ਲਈ ਤੇ ਇੱਕ ਸਕਿੰਟ ਦੇ ਸੋਵੇਂ ਹਿੱਸੇ ਦੇ ਮਾਰਜਨ ਤੋਂ ਫਰਕ ਦੇ ਨਾਲ ਭਾਵ ਬਾਲ ਦੀ ਮੋਟਾਈ ਦੇ ਫਰਕ ਦੇ ਨਾਲ ਉਹਨੇ ਮਤਲਬ ਬਹੁਤ ਓਲੰਪਿਕ ਮੈਡਲ ਜਿਹੜਾ ਹੈ ਉਹ ਹੱਥ ਵਿੱਚ ਆਉਂਦੇ ਆਉਂਦੇ ਉਹਦੇ ਹੱਥੋਂ ਰਹਿ ਗਿਆ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਪ੍ਰੋਜ਼ ਕੰਪਰੀਹੈਂਸ਼ਨ ਦਾ ਪ੍ਰੋਜ਼ ਪੈਸੇਜ ਦਾ ਆਖਰੀ ਪੈਸੇਜ ਪਾਰਟ ਹੀ, ਤੇ ਇਸ ਤੋਂ ਬਾਅਦ ਅਗਲਾ ਜਿਹੜਾ ਵੀਡੀਓ ਅਸੀਂ ਪੋਇਮਸ ਦਾ ਕਰਾਂਗੇ, ਪੋਇਮਸ ਵੀ ਹੈਗੀਆਂ ਉਹਦਾ ਕੰਪਰੀਹੈਂਸ਼ਨ ਵੀ ਕਰਨਾ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।